ਗਲੀ 'ਚ ਖੇਡਦੇ ਬੱਚੇ 'ਤੇ ਚੜਾਤੀ ਗੱਡੀ, ਸਿਰ ਉੱਪਰ ਦੀ ਲੰਘਿਆ ਗੱਡੀ ਦਾ ਟਾਇਰ, ਪਤਾ ਲੱਗਣ 'ਤੇ ਵੀ ਨਹੀਂ ਰੁਕਿਆ ਗੱਡੀ ਚਾਲਕ। ਇਹ ਤਸਵੀਰਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ, ਜਿੱਥੇ ਗਲੀ 'ਚ ਖੇਡ ਰਹੇ ਬੱਚੇ ਦੇ ਉੱਤੇ ਇਸ ਚਾਲਕ ਨੇ ਆਪਣੀ ਗੱਡੀ ਚੜਾ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਇੱਕ ਸ਼ਖਸ ਦੇ ਵੱਲੋਂ ਇਸ ਬੱਚੇ ਨੂੰ ਚੁੱਕਿਆ ਗਿਆ ਅਤੇ ਫਿਰ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਬੱਚੇ ਦੀ ਉਮਰ 3 ਤੋਂ 4 ਸਾਲ ਦੱਸੀ ਜਾ ਰਹੀ ਹੈ। ਤਾਂ ਇਹ ਬੱਚਾ ਗਲੀ ਦੇ ਵਿੱਚ ਖੇਡ ਰਿਹਾ ਹੁੰਦਾ ਹੈ ਤਾਂ ਪਿੱਛੋਂ ਇੱਕ ਗੱਡੀ ਆਉਂਦੀ ਹੈ, ਜਿਸ ਦੀ ਰਫ਼ਤਾਰ ਬਹੁਤ ਹੌਲੀ ਸੀ ਅਤੇ ਇਸ ਦੇ ਚਾਲਕ ਨੇ ਅੱਗੇ ਵੇਖਿਆ ਨਹੀਂ ਕਿ ਬੱਚਾ ਖੜਾ ਸੀ। ਤਾਂ ਇਸ ਦੇ ਵੱਲੋਂ ਪਹਿਲਾਂ ਤਾਂ ਬੱਚੇ ਨੂੰ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਗੱਡੀ ਦਾ ਟਾਇਰ ਇਸ ਬੱਚੇ ਦੇ ਉੱਪਰ ਦੀ ਹੋ ਕੇ ਲੰਘ ਜਾਂਦਾ ਹੈ, ਜਿਸ ਤੋਂ ਬਾਅਦ ਮੌਕੇ 'ਤੇ ਇੱਕ ਸ਼ਖਸ ਦੇ ਵੱਲੋਂ ਦੇਖਿਆ ਗਿਆ ਤਾਂ ਤੁਰੰਤ ਬੱਚੇ ਨੂੰ ਚੱਕ ਲਿਆ। ਤਾਂ ਜਿਵੇਂ ਹੀ ਗੱਡੀ ਚਾਲਕ ਨੂੰ ਪਤਾ ਲੱਗਿਆ ਤਾਂ ਉਸਨੇ ਮੌਕੇ ਤੋਂ ਆਪਣੀ ਗੱਡੀ ਭਜਾ ਲਈ। ਤਾਂ ਜ਼ਖਮੀ ਹਾਲਤ ਦੇ ਵਿੱਚ ਇਸ ਬੱਚੇ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਬੱਚੇ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਤਾਂ ਦੱਸ ਦਈਏ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਪੁਲਿਸ ਦੇ ਵੱਲੋਂ ਹੁਣ ਇਸ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਬੜੀਆਂ ਹੀ ਪਰੇਸ਼ਾਨ ਕਰਨ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਛੋਟੇ ਜਿਹੇ ਬੱਚੇ ਦੇ ਉੱਤੇ ਇਹ ਗੱਡੀ ਚੜ ਗਈ ਹੈ, ਜਿਸ ਤੋਂ ਬਾਅਦ ਬੱਚੇ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਗਲੀ 'ਚ ਖੇਡਦੇ ਬੱਚੇ 'ਤੇ ਚੜਾਤੀ ਗੱਡੀ, ਸਿਰ ਉੱਪਰ ਦੀ ਲੰਘਿਆ ਗੱਡੀ ਦਾ ਟਾਇਰ, ਪਤਾ ਲੱਗਣ 'ਤੇ ਵੀ ਨਹੀਂ ਰੁਕਿਆ ਗੱਡੀ ਚਾਲਕ। ਇਹ ਤਸਵੀਰਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ, ਜਿੱਥੇ ਗਲੀ 'ਚ ਖੇਡ ਰਹੇ ਬੱਚੇ ਦੇ ਉੱਤੇ ਇਸ ਚਾਲਕ ਨੇ ਆਪਣੀ ਗੱਡੀ ਚੜਾ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਇੱਕ ਸ਼ਖਸ ਦੇ ਵੱਲੋਂ ਇਸ ਬੱਚੇ ਨੂੰ ਚੁੱਕਿਆ ਗਿਆ ਅਤੇ ਫਿਰ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਬੱਚੇ ਦੀ ਉਮਰ 3 ਤੋਂ 4 ਸਾਲ ਦੱਸੀ ਜਾ ਰਹੀ ਹੈ। ਤਾਂ ਇਹ ਬੱਚਾ ਗਲੀ ਦੇ ਵਿੱਚ ਖੇਡ ਰਿਹਾ ਹੁੰਦਾ ਹੈ ਤਾਂ ਪਿੱਛੋਂ ਇੱਕ ਗੱਡੀ ਆਉਂਦੀ ਹੈ, ਜਿਸ ਦੀ ਰਫ਼ਤਾਰ ਬਹੁਤ ਹੌਲੀ ਸੀ ਅਤੇ ਇਸਦੇ ਚਾਲਕ ਨੇ ਅੱਗੇ ਵੇਖਿਆ ਨਹੀਂ ਕਿ ਬੱਚਾ ਖੜਾ ਸੀ। ਤਾਂ ਇਸਦੇ ਵੱਲੋਂ ਪਹਿਲਾਂ ਤਾਂ ਬੱਚੇ ਨੂੰ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਗੱਡੀ ਦਾ ਟਾਇਰ ਇਸ ਬੱਚੇ ਦੇ ਉੱਪਰ ਦੀ ਹੋ ਕੇ ਲੰਘ ਜਾਂਦਾ ਹੈ, ਜਿਸ ਤੋਂ ਬਾਅਦ ਮੌਕੇ 'ਤੇ ਇੱਕ ਸ਼ਖਸ ਦੇ ਵੱਲੋਂ ਦੇਖਿਆ ਗਿਆ ਤਾਂ ਤੁਰੰਤ ਬੱਚੇ ਨੂੰ ਚੱਕ ਲਿਆ। ਤਾਂ ਜਿਵੇਂ ਹੀ ਗੱਡੀ ਚਾਲਕ ਨੂੰ ਪਤਾ ਲੱਗਿਆ ਤਾਂ ਉਸਨੇ ਮੌਕੇ ਤੋਂ ਆਪਣੀ ਗੱਡੀ ਭਜਾ ਲਈ। ਤਾਂ ਜ਼ਖਮੀ ਹਾਲਤ ਦੇ ਵਿੱਚ ਇਸ ਬੱਚੇ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਬੱਚੇ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਤਾਂ ਦੱਸ ਦਈਏ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਪੁਲਿਸ ਦੇ ਵੱਲੋਂ ਹੁਣ ਇਸ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਬੜੀਆਂ ਹੀ ਪਰੇਸ਼ਾਨ ਕਰਨ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਛੋਟੇ ਜਿਹੇ ਬੱਚੇ ਦੇ ਉੱਤੇ ਇੱਕ ਗੱਡੀ ਚੜ ਗਈ ਹੈ, ਜਿਸ ਤੋਂ ਬਾਅਦ ਬੱਚੇ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਗਲੀ 'ਚ ਖੇਡਦੇ ਬੱਚੇ 'ਤੇ ਚੜਾਤੀ ਗੱਡੀ, ਸਿਰ ਉੱਪਰ ਦੀ ਲੰਘਿਆ ਗੱਡੀ ਦਾ ਟਾਇਰ, ਪਤਾ ਲੱਗਣ 'ਤੇ ਵੀ ਨਹੀਂ ਰੁਕਿਆ ਗੱਡੀ ਚਾਲਕ। ਇਹ ਤਸਵੀਰਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ, ਜਿੱਥੇ ਗਲੀ 'ਚ ਖੇਡ ਰਹੇ ਬੱਚੇ ਦੇ ਉੱਤੇ ਇਸ ਚਾਲਕ ਨੇ ਆਪਣੀ ਗੱਡੀ ਚੜਾ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਇੱਕ ਸ਼ਖਸ ਦੇ ਵੱਲੋਂ ਇਸ ਬੱਚੇ ਨੂੰ ਚੁੱਕਿਆ ਗਿਆ ਅਤੇ ਫਿਰ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਬੱਚੇ ਦੀ ਉਮਰ 3 ਤੋਂ 4 ਸਾਲ ਦੱਸੀ ਜਾ ਰਹੀ ਹੈ। ਤਾਂ ਇਹ ਬੱਚਾ ਗਲੀ ਦੇ ਵਿੱਚ ਖੇਡ ਰਿਹਾ ਹੁੰਦਾ ਹੈ ਤਾਂ ਪਿੱਛੋਂ ਇੱਕ ਗੱਡੀ ਆਉਂਦੀ ਹੈ, ਜਿਸ ਦੀ ਰਫ਼ਤਾਰ ਬਹੁਤ ਹੌਲੀ ਸੀ ਅਤੇ ਇਸਦੇ ਚਾਲਕ ਨੇ ਅੱਗੇ ਵੇਖਿਆ ਨਹੀਂ ਕਿ ਬੱਚਾ ਖੜਾ ਸੀ। ਤਾਂ ਇਸਦੇ ਵੱਲੋਂ ਪਹਿਲਾਂ ਤਾਂ ਬੱਚੇ ਨੂੰ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਗੱਡੀ ਦਾ ਟਾਇਰ ਇਸ ਬੱਚੇ ਦੇ ਉੱਪਰ ਦੀ ਹੋ ਕੇ ਲੰਘ ਜਾਂਦਾ ਹੈ, ਜਿਸ ਤੋਂ ਬਾਅਦ ਮੌਕੇ 'ਤੇ ਇੱਕ ਸ਼ਖਸ ਦੇ ਵੱਲੋਂ ਦੇਖਿਆ ਗਿਆ ਤਾਂ ਤੁਰੰਤ ਬੱਚੇ ਨੂੰ ਚੱਕ ਲਿਆ। ਤਾਂ ਜਿਵੇਂ ਹੀ ਗੱਡੀ ਚਾਲਕ ਨੂੰ ਪਤਾ ਲੱਗਿਆ ਤਾਂ ਉਸਨੇ ਮੌਕੇ ਤੋਂ ਆਪਣੀ ਗੱਡੀ ਭਜਾ ਲਈ। ਤਾਂ ਜ਼ਖਮੀ ਹਾਲਤ ਦੇ ਵਿੱਚ ਇਸ ਬੱਚੇ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਬੱਚੇ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਤਾਂ ਦੱਸ ਦਈਏ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਪੁਲਿਸ ਦੇ ਵੱਲੋਂ ਹੁਣ ਇਸ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਬੜੀਆਂ ਹੀ
ਪਰੇਸ਼ਾਨ ਕਰਨ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਛੋਟੇ ਜਿਹੇ ਬੱਚੇ ਦੇ ਉੱਤੇ ਇਹ ਗੱਡੀ ਚੜ੍ਹ ਗਈ ਹੈ, ਜਿਸ ਤੋਂ ਬਾਅਦ ਬੱਚੇ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ।